ਮਾਂ ਜੀ ਮੈਂ ਬਸ ਨਿਕਲਣ ਲੱਗੀ ਹਾਂ, ਬਸ ਮੈਂ ਆਸ਼ਨੀ ਹਾਂ, ਤਾਂ ਬਸ ਮੈਂ ਦਰਵਾਜ਼ੇ ਦੀ ਕੁੰਡੀ ਸ਼ੁੰਡੀ ਲਾਈ ਕੀ ਹਾਂ, ਤਾਂ ਬਸ ਮੈਂ ਆਸ਼ਨੀ ਹਾਂ। ਹਾਂ ਹਾਂ ਬਸ ਮੈਂ ਆਈ। ਨਹੀਂ ਨਹੀਂ ਮੈਂ ਰਕਸ਼ਾ ਕਰਵਾਈ ਤਾਂ ਆਸ਼ਨੀ ਪਈ ਹਾਂ, ਦਫਾ ਕਰੋ ਨੀ ਅਮਾ, ਮੈਂ ਨਾ ਆਖਨੀ। ਨਾ ਨਾ ਮੀ ਕੋਈ ਜ਼ਰੂਰਤ ਨਹੀਂ ਆਖਣੀ, ਬਸ ਮੈਂ ਆਈ ਤੁਸਾਂ ਕੋਲ 10 ਮਿੰਟਾਂ 'ਚ ਮੈਂ ਆਈ। ਭਾਬੀ ਨਾਜ਼ ਕੁਦਰੇ ਪਰ ਸ਼ਰ ਸਲਾਈ ਤਾਂ ਉਹ ਜਾਣੀ ਪਈ ਹੈ, ਕੁਦਰੇ ਜੁੜੀ ਗਈ। ਪੁੱਛੋ ਸਾਂ ਆਵਾਜ਼ ਮਾਰੋ, ਕੁਦਰੇ ਜੁੜੀ ਗਈ, ਆਵਾਜ਼ ਮਾਰੋ। ਕੁੜੀਏ ਨਾਜ਼, ਉਹ ਕੁੜੀਏ ਨਾਜ਼, ਇਧਰ ਅੱਛੇ ਨਾ ਕੋਈ ਜੁੜੀ ਹੈ। ਲੈ ਕੁਦਰੇ ਜੋ ਇੰਨਾ ਮਨੂ ਸਾਨੀਆਂ ਆਵਾਜ਼ਾਂ ਨਹੀਂ, ਪੁੱਛੋ ਜਾਣ ਚੋੜਨੀਆਂ ਤਾਂ ਨਹੀਂ ਚੋੜਨੀਆਂ। ਕਹਿ ਆ, ਕਹਿ ਆਖਦੇ ਹੋ, ਕਹਿ ਮਸਲਾ ਆ? ਚੀਰੀ ਚੀਰੀ ਤਾਂ ਕਸਤੇ ਬੋਲਣੀ ਹੈ, ਮਿਗੀ ਇਹ ਗੱਲ ਦੱਸ, ਕੁਦਰੇ ਜੁੜੀ ਹੈ? ਅੰਮਾ ਨੇ ਘਰ ਜੁਲੀ ਆ, ਬਾਜੀ ਸਾਇਕਾ ਆਏ ਵੇ ਇੰਗਲੈਂਡੂ, ਉਹਨਾਂ ਕੀ ਮਿਲਨੇ ਸਾ ਜੁਲੀ ਵੀ ਆ, ਤਾਂ ਤੁਸਾਂ ਕੀ ਕੋਈ ਮਸਲਾ ਆ? ਕਸਤੇ ਪਿੱਛੂ ਆਲੇ ਦੇਣੇ ਪਏ ਹੋ, ਤਾਂ ਦੂਈ ਗੱਲ ਇਹ ਆ, ਅੱਜ ਤੁਸਾਂ ਕੀ ਕਹਿ ਮਾੜੀ ਜ਼ਰੂਰਤ ਪਏਗੀ? ਅੱਗਾ ਤਾਂ ਤੁਸਾਂ ਨਹੀਂ ਕਦੇ ਨਹੀਂ ਪੁੱਛਿਆ ਕੁਥਾ ਜੁਲੀ ਆ, ਕੁਥੂ ਅਸ਼ਨੀ ਆ, ਕੁਥਾ ਨਾ ਅਸ਼ਨੀ, ਅੱਜ ਤੁਸੀਂ ਕਹਿ ਲੋੜ ਪਈ ਮਾੜੀ? ਕੁੜੀਆਂ ਅਸ਼ਨੀਆਂ ਪਈਆਂ ਸਨ, ਤਾਂ ਨਾਲ ਜਮਾਈ ਵੀ ਅਸ਼ਨੇ ਪਏ, ਤਾਂ ਇਹ ਘਰਾਂ ਨਾਲ ਕੰਮ ਕੌਣ ਕਰਸੀ? ਇਹ ਇਕੱਲੀ ਕੁੜੀ ਕਿਤਨਾ ਕੁ ਕਰਸੀ? ਤੁਹਾਡੀ ਭੈਣ ਤਾਂ ਇੰਗਲੈਂਡੂ ਆਈ ਠੀ, ਤੁਹਾਡੇ ਮਾਂ ਪਿਓ ਨੇ ਘਰ ਤਾਂ ਨੌਕਰ ਹੋਸਨ, ਲੇਕਿਨ ਇੱਥਾ ਕੋਈ ਨੌਕਰ ਚਾਕਰ ਨਹੀਂ, ਇੱਥਾ ਸਾਰਾ ਆਪੇ ਕਰਨਾ ਪੈਣਾ, ਤਾਂ ਤੁਸ ਉਧਰ ਜੁਲੇਟ ਕੇ ਮਾਉ ਨੇ ਘਰ ਚੁੱਕੀ ਤਾਂ ਚਸ਼ਮੋ ਚਿਰਾਗ, ਤਾਂ ਇੱਥਾ ਪਿੱਛਾ ਕੋਈ ਵੀ ਨਹੀਂ ਕੰਮ ਕਰਨ ਵਾਲਾ, ਮਤਾ ਜਾਣੀ ਵੇ, ਤਾਂ ਇਹ ਕੁੜੀਆਂ ਅਸ਼ਨੀਆਂ ਪਈਆਂ ਨੇ। ਅੰਦਰ ਬਾਬਰ ਚਿਖਾਣੇ ਵੀ ਜਾ, ਪਿਆਜ਼ ਟਮਾਟਰ ਕੁਤਰ, ਮੁੰਡਾ ਗੋਸ਼ਤ ਅੰਨੇ ਵਾਸਤੇ ਗਿਆ ਵਾ, ਗੋਸ਼ਤ ਹੋਈ ਪਕਾ, ਤਾਂ ਕੋਈ ਲੋੜ ਨਹੀਂ ਜਾਣੇ ਨੀ, ਕੱਲ੍ਹ ਜਾਏ ਹਾਂ ਠੀਕ। ਕੋਈ ਨਹੀਂ, ਤੁਹਾਡੀ ਭੈਣ ਨਸ ਲੱਗੀ ਇੰਗਲੈਂਡੂ ਆਈ ਤਾਂ ਅਸ਼ਕਰ ਕੋਈ 5-7 ਦਿਹਾੜਿਆਂ ਦੀ ਛੁੱਟੀ ਕਿੰਨੀ ਤਾਂ ਆਈ ਹੋ ਸੀ, ਤਾਂ ਕੋਈ ਜ਼ਰੂਰਤ ਨਹੀਂ ਜਾਣੇ ਨੀ, ਇਹ ਤਾਂ ਅਮਨ ਕਰੀ ਦਾ ਬੋ। ਇਹ ਕੋਈ ਵਾਪਸ ਤੁਸਾਂ ਦੀ ਇਜਾਜ਼ਤ ਕਿੰਨੇ ਵਾਸਤੇ ਤਾਂ ਨਾ ਇੱਥੇ ਆਈ, ਕਿ ਮੈਂ ਤੁਸਾਂ ਦੀ ਇਜਾਜ਼ਤ ਕਿੰਨੇ ਵਾਸਤੇ ਆਈ ਹਾਂ? ਤੁਸਾਂ ਦੀਆਂ ਤੀਆਂ ਚੰਚੜਾ ਅਸ਼ਨੀਆਂ ਰਹਿਣੀਆਂ, ਆਲੇ 6 ਦਿਹਾੜੇ ਅਸਾਂ ਗਿਆਨ ਆ, ਤਾਂ ਫਿਰ ਅਸ਼ਨੀਆਂ ਪਈਆਂ। ਮਾੜੇ ਖਿਲਾਫ ਬੇਚ ਤਾਂ ਸਾਰੀਆਂ ਮਿਟਗਾਂ ਹੀ ਬਣਾ ਸੋ, ਮੈਂ ਪਕਾਈ ਦੇਸਾਂ, ਮੈਂ ਬਰਚਖਾਨੇ ਹੀ ਸੜਸਾਂ, ਮੈਂ ਅੰਡੀਆਂ ਪਕਾਸਾਂ, ਮੈਂ ਰੋਟੀਆਂ ਤੰਦੂਰਾਂ ਪਰ ਪਕਾਸਾਂ, ਮੈਂ ਸਾਰਾ ਕੁਝ ਕਰਸਾਂ, ਇਹ ਤਾਂ ਕਬਈਆਂ ਸੜੀਆਂ ਹੋਈਆਂ ਮਾੜੀਆਂ ਤੰਦੂਰਾਂ ਪਰ, ਰੋਟੀਆਂ ਪਕਾ ਪਕਾਏ ਤੁਸਾਂ ਦੀਆਂ ਧੀਆਂ ਵਾਸਤੇ, ਸਟਾਬਰੀਆਂ ਅਸ਼ਨੀਆਂ ਤਾਂ ਉੱਠਣੀਆਂ ਹੀ ਕੋਈ ਨਹੀਂ, ਤਾਂ ਇਸ ਮਾਰਿਆਂ ਮੈਂ ਜੁਲੀ ਹਾਂ ਆਪਣੀ ਭੈਣੂ ਕਰ, ਤੁਸਾਂ ਦੀਆਂ ਧੀਆਂ ਖਾਈ ਪੀ ਮਾੜੇ ਹੱਥਾਂ ਨਾਲ, ਤਾਂ ਮੀਟਿੰਗ ਵੀ ਮਾੜੇ ਖਿਲਾਫ ਬਣਾਈ, ਤਾਂ ਫਿਰ ਜਾ ਸਨ, ਇਸ ਮਾਰਿਆਂ ਮਾੜੇ ਕੋਲੋਂ ਨਹੀਂ ਜੇ ਪੱਕਣੀ, ਭਾਵੇਂ ਨੌਕਰ ਰੱਖੋ, ਭਾਵੇਂ ਹੋਟਲਾਂ ਰੰਗਾਈ ਖਵਾ ਲਓ, ਨੇ ਖਾਣ ਕਸਮਾਂ ਕੀ ਜਾਨ ਜਰਾਣੇ, ਤੁਸ ਨਾਲ ਤੁਸਾਂ ਦੀਆਂ ਧੀਆਂ, ਮਿਗੀ ਨਾ ਇਹ ਗੱਲ ਆਖਿਆ, ਤਾਂ ਮੈਂ ਇਹ ਜੁਲੀ ਸਰੀਏ। ਰਸਤੇ ਵਿੱਚ ਕੋਈ ਕਾਲਾ ਨਾਗ ਲੜਾਈ, ਤਾਂ ਲੜਾਈ ਵੀ ਤੁਹਾਡੀ ਜੀਵ ਹੈ, ਪਰ ਜਿਹੜੀ ਇਹ ਪੜ 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 ਕਰਨੀ ਨਾ, ਉਸ ਪਰ ਲੜਾਈ, ਵਾਕਿਆ ਹੀ ਸਹੀ ਆਖਨੇ ਜੀ, ਅਜੇ ਮਾਂ ਪਿਓ ਨੇ ਮੇਰੇ ਧੀਆਂ ਪੁੱਤਰ ਵੀ ਨੇ, ਮਾਂ ਵੀ ਹੈ ਜੀ, ਕੁੱਤੀ ਕਪੱਤੀ ਸੀ ਸਾਰੀ ਜ਼ਿੰਦਗੀ, ਇਸ ਕਪਾਤ ਬਾਈ ਰੱਖਿਆ, ਅੱਗੋਂ ਧੀ ਵੀ ਵੈ ਜੀ ਹੈ। ਚੱਲ ਮਾੜੇ ਕੁੜੀਏ, ਆ ਥਾਂ ਵੀ ਦੇ ਥੋਮ ਪਿਆਜ਼ ਮੈਂ ਛਿਲਨੀ ਹੈ, ਤਾਂ ਤੂੰ ਮਾੜਿਆ ਬੱਚਾ ਪਕਾ, ਉੱਠ। ਮਾਂ ਉਹ ਨਾ ਸੈੱਟ ਤਾਂ ਕੰਮ ਹੈ ਨਾ, ਇਹ ਕੋਈ ਨਹੀਂ ਸਾਡੇ ਕੋਲ, ਤਾਂ ਰੋਟੀ ਕੜੇ ਸੈੱਟਾਂ ਵਿੱਚ ਧਰੋ, ਹੈ ਤਾਂ ਬੜੇ ਭਾਈ ਜਾਨ ਵੀ ਆਏ ਵੇ, ਤਾਂ ਪਤਾ ਹੀ ਉਹ ਜਮਾਈ ਅਸਾਂ ਨਾ ਪਹਿਲੀ ਦਫਾ ਆਇਆ, ਤਾਂ ਫਿਰ ਚੰਗਾ ਨਹੀਂ ਲੱਗ ਸੀ, ਤਾਂ ਆਖ ਸੀ ਕਿ ਜਿਹੜਾ ਨਾ ਤੱਕੋ ਇਹਨਾਂ ਨੇ ਘਰ ਗਿਆ, ਤਾਂ ਕਹਿ ਦੇ ਬਰਤਨਾਂ ਵਿੱਚ ਰੋਟੀ ਰੱਖੀ ਨੇ, ਤਾਂ ਫਿਰ ਕਿਆ ਕਰੋ, ਭਾਵੀ ਨਾ ਕੱਢੀ ਕਿ ਨਾ ਬੜੇ ਛੋੜੇ ਦਫਾ ਕਰਿਸ, ਨਾ ਕੱਢੀ ਐਵੇਂ ਕੁੱਤੀ ਜੀ ਜਨਾਨੀ ਗਈ, ਆਪੇ ਉਹ ਦੇਣੀ ਥੇ ਹੀ ਕੋਈ ਨਹੀਂ, ਤਾਂ ਇਵੇਂ ਅਸਾਂ ਕੱਢੀ ਕਿੰਦਾ, ਤਾਂ ਜਨਾਨੀ ਰੋਲਾ ਪਾਉਣ ਲੱਗ ਪਏ ਸੀ, ਤਾਂ ਛੋੜ ਕੋਈ ਜ਼ਰੂਰਤ ਨਹੀਂ ਉਸ ਨਾਲ ਕੱਢਣੇ ਨੀ, ਇਹ ਅਜੇ ਮੰਦੇ ਚੰਗੀਆਂ ਵਿੱਚ ਰੱਖੀ ਛੋੜ ਭਾਂਡੇ, ਉਹ ਨਹੀਂ ਕੁਝ ਆਖਣਾ ਕੁੜੀਆਂ, ਵਿਖੇ ਉਸ ਨਾਲ ਪਤਾ ਆ, ਤੂੰ ਇੰਨਾ 'ਚ ਰੱਖੀ ਛੋੜ, ਛੋੜਸ। ਮਾਂ ਜਿੱਧਰ ਭਾਬੀ ਅਸ਼ਨੀ ਨਾ, ਤਾਂ ਭਾਬੀ ਨੇ ਅਸ਼ਨੇ ਤੋਂ ਪਹਿਲਾਂ ਪਹਿਲਾਂ ਮੈਂ ਧੋਈ ਤਾਈ, ਤਾਂ ਉਹਨਾਂ ਨੇ ਅੰਦਰ ਅਲਮਾਰੀ ਵਿੱਚ ਰੱਖੀ ਛੋੜ ਸਾਂ ਭਾਂਡੇ, ਉਸ ਕੀ ਨਹੀਂ ਪਤਾ ਲੱਗ ਲਗਾ, ਤਾਂ ਇਸੇ ਮਾਰਿਆ ਮੈਂ ਤੁਸਾਂ ਕੀ ਆ ਗਿਆ ਸਾਂ, ਨਾ ਕੋਈ ਬਰਤਨੇ ਵਾਲਾ ਅਸ਼ਨਾ ਹੋਣਾ ਨਾ, ਤਾਂ ਉਸਨੇ ਕੋਲ ਬਰਤਨ ਕੀ ਨਹੀਂ ਕਿਰਿਆ ਕਰੋ, ਨਾ ਇਹ ਪੈਸੇ ਜੋੜੀ ਜਾੜੀ ਤਾਂ ਉਸ ਜਨਾਨੀ ਕੀ ਦਿਓ, ਸਾਰੇ ਤੁਸੀਂ ਉਸ ਕੁੜੀ ਕੀ ਦੇ ਛੋੜਨੇ ਹੋ, ਉਹ ਆਪਣੇ ਖਸਮਾ ਲਈ ਜਾਣਾ, ਤੁਸੀਂ ਵਿਆਹੀ ਤਾਂ ਵੀ ਦੇ ਛੋੜੀ, ਤਾਂ ਉਸਕੀ ਪਿੱਛੋਂ ਪੈਸੇ ਵੀ ਦਿਓ, ਦੇ ਕਰਨੇ ਹੋ, ਹੇ ਤਾਂ ਇਸ ਮਾਰੇ ਉਸਕੀ ਜੋੜੀ ਤਾਂ ਉਸਕੀ ਨਾ ਦਿਓ, ਕੋਈ ਭਾਂਡਿਆਂ ਨਾਲ ਸੱਟ ਕੀ ਨਹੀਂ ਕਿਨੋ, ਅੱਜ ਉਹ ਖਸਮ ਕੀ ਨਹੀਂ, ਤਾਂ ਇਹ ਨਾਲ ਆਈ ਵੀ ਨਹੀਂ ਸਾਡੇ ਘਰ, ਤਾਂ ਉਸੇ ਨਾਲ ਖਸਮ ਜਾਂ ਗੱਲਾਂ ਕਰਨਾ ਹੋਣਾ, ਆਹਨਾ ਆਹ ਤੁਹਾਡੀ ਮਾਊ ਨੇ ਕਰ ਗਿਆ ਸਾਂ, ਤਾਂ ਸਵਾਦੇ ਨੇ ਭਾਂਡੇ ਨਹੀਂ ਸੁਣਾ, ਸਾਡੇ ਨੇ ਭਾਂਡੇ ਰੋਟੀ ਨਹੀਂ ਦਿੱਤੀ, ਤਾਂ ਤੁਸੀਂ ਸਾਰੇ ਪੈਸੇ ਜਿਹੜੇ ਹੁਣ ਅੱਗੋਂ ਜੋੜ ਸੋ ਨਾ, ਉਹ ਮਿਗੀ ਦੀ ਆਈ, ਮੈਂ ਜਈ ਤਾਂ ਬਾਜ਼ਾਰੋਂ ਚੀਨੀ ਨਾ ਕੋਈ ਸੈੱਟ ਆਂਸਾਂ, ਤਾਂ ਹੁਣ ਮੈਂ ਕੱਢ ਲੱਗੀ ਉਸ ਨਾਲ, ਤਾਂ ਜਿੱਧਰ ਅਸ਼ਨੀ ਨਾ ਧੋਈ ਤਾਈ ਤਾਂ ਅੰਦਰ ਧਰੀ ਛੋੜ ਸੋ, ਇਹ ਮਾੜੇ ਕਮਰੇ ਨਾ ਦਰਵਾਜ਼ਾ ਕੁਛ ਖੋਲਿਆ, ਮੈਂ ਤਾਂ ਕਮਰੇ
ਕਮਰੇ ਨਾਲ ਦਰਵਾਜ਼ਾ ਬੰਦ ਕਰੀ ਤਾਂ ਗਈ ਸੀ ਹਾਂ। ਇਹ ਮਾੜੇ ਕੁਛ ਭਾਂਡੇ ਵੀ ਕੱਢੀ ਤਾਂ ਬਾਹਰ ਰੱਖੇ ਨੇ, ਕੁਛ ਮਾੜੇ ਬਰਤਨ ਕੱਢੇ, ਕਿਆ ਹੋਇਆ? ਮੈਨੂੰ ਲੱਗਣਾ ਇਹਨਾਂ ਮਾੜੇ ਬਰਤਨ 'ਚ ਕੇਸਾਂ ਨੇ ਵਿੱਚੋਂ ਕੱਢੇ ਤਾਂ ਕੱਢੀ ਤਾਂ ਉਹਨਾਂ ਕੀ ਰੋਟੀ ਦਿੱਤੀ ਨੇ, ਉਹ ਜਿਹੜੀਆਂ ਆਈਆਂ ਨੀਆਂ ਸਨ, ਉਹ ਆਈਆਂ ਨੀਆਂ ਸਨ ਮਾਉਂ ਨਾਲ ਜਨਾਜ਼ੇ ਪਰ ਉਹਨਾਂ ਕੀ ਮਾੜੇ ਖਿਲਾ ਰੋਟੀ ਮਾੜੇ ਬਰਤਨਾਂ ਵੀ ਧਰੀ ਨੇ। ਹੈਂ ਇਹ ਤਾਂ ਕੀ ਬਰਤਨ ਮਾੜੇ ਕੱਢੇ ਤਾਂ ਜਨਾਨੀ ਅੱਧੇ ਇੱਥੇ ਜਲਦੀ ਨਾਲ ਤਰੀ ਤਾਂ ਗਈ ਠੀਕ, ਅੱਧੇ ਉਹ ਅਲਮਾਰੀ ਵੀ ਡਿੰਗ ਪੜਿੰਗੇ ਤਾਂ ਇਹਦੇ ਤੱਕੀਆਂ ਆਏ ਮੜੀਏ ਮੈਂ ਪਿੱਛੇ ਤੱਕ ਸਾਲਨ ਲੱਗਾ ਨਾ ਉਸ ਤਰ੍ਹਾਂ ਪਲੇਟ ਉਹਨਾਂ ਇਸ ਤਰ੍ਹਾਂ ਛੋੜੀ ਤਾਂ ਗਈ ਠੀਕ, ਮੈਂ ਛੋੜਨੀ ਤਾਂ ਨਾ ਖਾਲਸਾ ਇਸ ਤਰ੍ਹਾਂ ਕਰਨੀ ਆ। ਮਾੜੇ ਬਰਤਨ ਮਾੜੀ ਅਲਮਾਰੀ ਚੋਂ ਕੁਛ ਪੁੱਛੇ ਬਗੈਰ ਕੱਢੇ ਤਾਂ ਮਾੜੇ ਕਮਰੇ ਨਾਲ ਦਰਵਾਜ਼ਾ ਕੌਣ ਖੋਲੀ ਤਾਂ ਅੰਦਰ ਗਿਆ, ਕੜਾ ਬੰਦਾ ਮਾੜੇ ਬਰਤਨ ਨਾਲ ਲੱਗਾ ਰਿਹਾ, ਕੜਾ ਬੰਦਾ ਮਾੜੀ ਅਲਮਾਰੀ ਨਾਲ ਲੱਗਾ ਰਿਹਾ। ਨਹੀਂ ਭਾਬੀ ਅਸਾਂ ਤਾਂ ਨਹੀਂ ਕੱਢੇ, ਅਸਾਂ ਕਿਆ ਕਰਾਂਗੇ ਤੁਹਾਡੇ ਬਰਤਨਾਂ ਕੀ, ਅੱਜ ਤੁਹਾਡੀ ਨਹੀਂ ਤੁਹਾਡੇ ਬਰਤਨਾਂ ਕੀ ਕਦੇ ਮੂਤਰਿਆ ਤਾਂ ਅੱਜ ਕਿਆ ਕਰਾਂਗੇ ਤੁਹਾਡੇ ਬਰਤਨਾਂ ਕੀ। ਪੁੱਤਰ ਆਪਣੇ ਮੂੰਹਾਂ ਦੇ ਵਿੱਚ ਬੈਠਾ ਮਾੜੇ ਭਾਂਡਿਆਂ ਪਰ ਮੂਤਰਨੀ ਆ, ਤੁਸੀਂ ਸ਼ਰਮ ਨਹੀਂ ਅਸ਼ੀ ਤੇ ਗੈਰਤ ਨਹੀਂ ਅਸ਼ੀ, ਤੂੰ ਭਾਂਡਿਆਂ ਕੀ ਗੱਲ ਆਖਣੀ ਹੈ? ਅਜੇ ਮੈਂ ਜੁੱਤੀ ਰਵਾਈ ਦਾ ਚੰਗਾ ਮੂੰਹ ਕੁੱਟ ਸਾਂ, ਤੁਸਾਂ ਹੀ ਭਾਂਡੇ ਕੱਢੇ, ਤੁਸਾਂ ਤੋਂ ਇਲਾਵਾ ਹੋਰ ਘਰ ਅੱਜ ਕੋਈ ਬੰਦਾ ਹੀ ਕੋਈ ਜਿਹੜਾ ਮਾੜੇ ਭਾਂਡੇ ਕੱਢਾ, ਮਾੜੇ ਭਾਂਡੇ ਕੁਛ ਕੱਢੇ ਦੱਸੋ ਕੱਢੇ ਜਾ ਕਿਆ ਕਰ ਸੀ, ਅਸਾਂ ਕੱਢੇ ਕੁੜੀਆਂ ਆਈਆਂ ਨਹੀਂ ਸਨ, ਜਮਾਈ ਮਾੜਾ ਆਇਆ ਨਾ ਅਸਿਆ ਤਾਂ ਭਾਂਡੇ ਕੋਲ ਸਵਾਦ ਨਹੀਂ ਕੋਈ ਸਨ, ਤੁਹਾਡਾ ਸੈੱਟ ਅੰਦਰੋਂ ਕੱਢੀ ਤਾਂ ਉਸਨੇ ਵਿੱਚ ਰੋਟੀ ਧਰੀ, ਨਾ ਤੁਹਾਡਾ ਸੈੱਟ ਹੈ ਕਿ ਕੋਈ ਖਾਈ ਤਾਂ ਗਏ, ਨਾ ਉਹ ਚੱਕ ਮਾਰੀ ਗਿਆ, ਨਾ ਤੁਹਾਡਾ ਸੈੱਟ ਪਿੱਟਾ ਹੋਈ ਆ, ਹੈਲਾ ਤਾਂ ਜ਼ਿਆਦਾ ਤਾਂ ਚੀਰ ਕੋਈ ਨਾ, ਨਰਕ ਨਾ ਹੀ ਥਾ ਅਸਾਂ ਕਿ ਜ਼ਿਆਦਾ ਨਰਕ ਨੇ ਨਹੀਂ ਜਾਚ ਗਿਆ, ਐਵੇਂ ਲੋਕਾਂ ਕਿਦਾਂ ਤਾਂ ਸੁਣਾ ਜਿੰਨਾ ਕਿ ਤੂੰ ਸੁਣਾਉਣੀ ਪਈਆਂ ਨਾ, ਉਹ ਤੁਹਾਡੇ ਤੋਂ ਜ਼ਿਆਦਾ ਅਸਾਂ ਕਿ ਸੁਣਾਈ ਤਾਂ ਗਿਆ ਤੁਹਾਡੀਆਂ ਗੱਲਾਂ, ਹੈਲਾ ਐਵੇਂ ਜ਼ਿਆਦਾ ਸ਼ੋਖੀ ਨਾ ਹੋ, ਬੜੀ ਜ਼ਿਆਦਾ ਮਾਰ ਲੱਗੀ ਤਾਂ ਸ਼ੋਦੀਆਂ ਦਾ ਨਰਕ ਲੱਗੀ, ਚੱਲ ਇੱਥੋਂ ਦਫਾ ਹੋ। ਨਰਕ ਸਾਂ ਨਾ ਕੀਆਂ ਨਾ ਨਰਕ ਸਾਂ, ਮੈਂ ਆਪਣੇ ਭਾਂਡੇ ਕਦੇ ਕੱਢੀ ਤਾਂ ਮਾੜੇ ਭੈਣਾਂ ਭਰਾਸ਼ ਨੇ ਜਿਨ੍ਹਾਂ ਮੈਨੂੰ ਦਿੱਤੇ ਹੋਏ, ਮੈਂ ਉਹਨਾਂ ਦੇ ਕਦੇ ਰੋਟੀ ਨਹੀਂ ਉਹਨਾਂ ਵਿੱਚ ਧਰੀ, ਹੈਂ ਮੈਂ ਉਹ ਧਰੇ ਵੇ, ਮੈਂ ਆਖਿਆ ਕਿਆਂ ਮਾੜੇ ਦਾਜਾ ਨੇ ਭਾਂਡੇ ਨੇ ਮੈਂ ਨਾ ਕੱਢਣੀ ਤਾਂ ਤੁਸ ਕੌਣ ਆਉਣੀਆਂ ਸੋ ਮਾੜੇ ਭਾਂਡੇ ਕੱਢਣ ਵਾਲੀਆਂ, ਮੈਨੂੰ ਦੱਸੋ ਨਾ ਤੁਸ ਕੌਣ ਆਉਣੀਆਂ ਸੀ, ਉਹ ਜਦੋਂ ਆਪਣਾ ਭਾਂਡਾ ਤੁਸ ਕੁਛ ਆਖੀ ਸਵਾਦਾਂ ਨਾਲ ਬਰਤਨ ਨਾ ਦੇਣੀਆਂ ਤਾਂ ਦੂਏ ਦੇ ਭਾਂਡੇ ਕਿ ਤੁਸੀਂ ਹੱਥ ਲਾਉਣ ਜਾਈਓ, ਨਾਲ ਤੁਸ ਲਾਣੀਆਂ ਕੀਆਂ, ਤੁਸਾਂ ਕੀ ਗੈਰਤ ਵਹਿ, ਤੁਸਾਂ ਮਾੜੇ ਭਾਂਡਿਆਂ ਨਾਲ ਹੱਥ ਕੀਆਂ ਲਾਣੀਆਂ ਜੋ ਮਾੜੇ ਮਾਓ ਪਿਓ ਕਿ ਤੁਸੀਂ 7700 ਗਾਲ ਕੱਢਣੇ ਹੋ, ਹੈਂ ਤਾਂ ਮੀਂਹ ਤੁਸੀਂ 7700 ਗਲ ਚਲਾਉਣੇ ਹੋ ਤਾਂ ਉਹ ਮਾੜੇ ਮਾਓ ਪਿਓ ਨਾਲ ਮਾੜੇ ਮਾਓ ਪਿਓ ਭਾਂਡੇ ਦਿੱਤੇ ਹੋਏ ਨਾ, ਸ਼ਰਮ ਆਉਣੀ ਚਾਹੀਦੀ ਨਾ, ਯਾਹ ਨਹੀਂ ਚਾਹੀਦਾ ਤੁਸਾਂ ਕਿ ਮਾੜੇ ਪੁੱਛਣੇ ਤੋਂ ਬਗੈਰ ਭਾਂਡੇ ਤਾਂ ਸਾਰੇ ਤੋਂ ਸਵਾਦਾਂ ਨੇ ਧੋਤੇ ਵੀ ਕੋਈ ਨਹੀਂ, ਜੇ ਤੂੰ ਚਲੋ ਕੱਢੀ ਕਹਿੰਦੇ ਸਨ ਤਾਂ ਉਹਨਾਂ ਵੀ ਸਵਾਦਾਂ ਨਾਲ ਧੋ ਤਾਂ ਸਹੀ ਨਾ, ਤੂੰ ਤਾਵਲੇ ਤਾਵਲੇ ਪਿੱਛੋਂ ਅੱਧੂ ਧੋਤੇ ਅੱਧੇ ਨਾਲ ਉਹ ਸਾਰਾ ਸਾਲਨ ਚਮੁੱਟਾ ਵਾ, ਹੈ ਹੁਣ ਵੀ ਉਹ ਸਾਰੇ ਕੱਢੀ ਤਾਂ ਦੁਬਾਰਾ ਧੋਣੇ ਪੈਸੇ, ਹੈ ਨਾ ਤੂੰ ਉਹਨੇ ਕੁਛ ਜਿਹਾ ਮਾੜੇ ਸ਼ਿਕੇਸਾ ਕਿ ਹੱਥ ਲਾਉਣੇ ਵਾਲੀ, ਮੈਂ ਤੁਸਾਂ ਦੀਆਂ ਅਲਮਾਰੀਆਂ ਕਿ ਹੱਥ ਲਾਈ ਸ਼ੋਰਟਸ ਮੈਂ ਤਾਂ ਤੁਸਾਂ ਆਉਂਦੀਆਂ ਜੋ ਫਲਾਨੀ ਸ਼ਾਇ ਕੱਢੀ ਕਿ ਨਹੀਂ ਗਈ, ਅਸਾਂ ਨੇ ਕੱਪੜੇ ਟੁੱਕੀ ਗਈ, ਅਸਾਂ ਨੇ ਫਲਾਨੀ ਸ਼ਾਇ ਕਰੀ ਗਈ ਤਾਂ ਤੁਸਾਂ ਮੈਂ ਤੁਹਾਡੇ ਕਮਰੇ ਵਿੱਚ ਘਰ ਲਾਉਣ ਗਈ ਸੀ, ਹੈ ਤੁਹਾਡਾ ਕੰਮ ਹੀ ਕੋਈ ਸਾ ਮਾੜਾ ਕੰਮ ਹੈ, ਮੈਂ ਅੱਗੇ ਹੀ ਸ਼ੱਕਸਾਂ, ਵੀ ਅੱਗੇ ਹੀ ਸ਼ੱਕਸਾਂ ਮਾੜੇ ਕਮਰੇ ਵਿੱਚ ਵਰਸਨ ਕੁਝ ਨਾ ਕੁਝ ਕੱਢ ਸਨ, ਲੇਕਿਨ ਮੈਂ ਤਾਲਾ ਤਾਲਾ ਲਾਉਣੀ, ਅਸਾਂ ਨੇ ਘਰ ਤਾਲਾ ਲਾਉਣ ਦੀ ਆਦਤ ਕੋਈ ਨਹੀਂ ਸੀ, ਹੁਣ ਤਾਂ ਮੈਂ ਅੱਜ ਤੋਂ ਬਾਅਦ ਆਪਣੀਆਂ ਸਾਰੀਆਂ ਚੀਜ਼ਾਂ ਕਿ ਤਾਲੇ ਲਾਈ ਤਾਂ ਜਾਇਆ ਕਰ ਸਾਂ, ਪਿੱਛੋਂ ਵੜ ਜਾਣੀਆਂ ਢੁੰਡ ਗਰੋਲੇ ਕਰਨੇ ਵਾਸਤੇ, ਅੱਜ ਤੋਂ ਬਾਅਦ ਜਿਸ ਮਾੜੇ ਬਰਤਨਾਂ ਕੀ ਹੱਥ ਲਿਆ ਨਾ ਦੰਦ ਪੋੜ ਜਾ ਹੱਥਾਂ ਪਹਿਲਾਂ ਦੱਸਾਂਗੇ ਮੈਂ।